ਸਕੂਲੀ ਬੱਚਿਆਂ ਨੂੰ ਖਸਰੇ ਤੇ ਰੁਬੈਲਾ ਤੋਂ ਬਚਾਉਣ ਲਈ ਸੂਬੇ ਅੰਦਰ ਸਿਹਤ ਵਿਭਾਗ ਵੱਲੋਂ ਟੀਕੇ ਲਗਾਏ ਜਾ ਰਹੇ ਹਨ। ਪਰ ਇਸ ਟੀਕੇ ਤੋਂ ਬਾਅਦ ਮਾਨਸਾ ਦੇ ਪਿੰਡ ਨੰਗਲ ਕਲਾਂ 'ਚ ਕੁਝ ਬੱਚਿਆਂ ਦੇ ਬੇਹੋਸ਼ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ 'ਤੇ ਅੱਜ ਕੱਲ੍ਹ ਇਸ ਮੁੱਦੇ 'ਤੇ ਬਹੁਤ ਚਰਚਾ ਛਿੜੀ ਹੋਈ ਹੈ, ਜਿਸ 'ਚ ਲੋਕਾਂ ਨੂੰ ਇਹਨਾਂ ਟੀਕਿਆਂ ਤੋਂ ਬਚਣ ਲਈ ਸੁਚੇਤ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਲੋਕਾਂ ਦੇ ਮਨਾਂ 'ਚ ਇਹਨਾਂ ਟੀਕਿਆਂ ਪ੍ਰਤੀ ਡਰ ਦਾ ਮਾਹੌਲ ਵੀ ਬਣ ਰਿਹਾ ਹੈ। ਦਰਅਸਲ ਪੰਜਾਬ ਸਰਕਾਰ ਵੱਲੋਂ ਇੱਕ ਸਕੀਮ ਸ਼ੁਰੂ ਕੀਤੀ ਗਈ ਸੀ, ਜਿਸ ਦੇ ਤਹਿਤ ਸਕੂਲੀ ਬੱਚਿਆਂ ਨੂੰ ਖਸਰਾ ਤੇ ਰੁਬੈਲਾ ਤੋਂ ਬਚਾਅ ਲਈ ਟੀਕੇ ਲਗਾਏ ਜਾਣੇ ਹਨ। ਪਰ ਇਹ ਸਕੀਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਆ ਗਈ ਹੈ, ਕਿਉਂਕਿ ਮਾਨਸਾ ਦੇ ਪਿੰਡ ਨੰਗਲ ਕਲਾਂ 'ਚ ਇਸ ਟੀਕੇ ਨਾਲ ਕੁਝ ਸਕੂਲੀ ਬੱਚਿਆਂ ਦੇ ਬੇਹੋਸ਼ ਹੋਣ ਦੀ ਖਬਰਾਂ ਆਈਆਂ ਨੇ, ਜਿਨ੍ਹਾਂ ਨੂੰ ਮੌਕੇ 'ਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਹੁਣ ਉਹ ਠੀਕ ਦੱਸੇ ਜਾ ਰਹੇ ਹਨ। ਇਹਨਾਂ ਬੱਚਿਆਂ ਨੂੰ ਜਦੋਂ ਇੰਜੈਕਸ਼ਨ ਲਗਾਇਆ ਗਿਆ ਤਾਂ ਤੁਰੰਤ ਇਹ ਇੱਕ ਬੱਚੀ ਸੀ ਜਿਹੜੀ ਗੁਰਪ੍ਰੀਤ ਕੌਰ, ਇਹ ਉਸ ਤੋਂ ਬਾਅਦ ਬੇਹੋਸ਼ ਹੈ ਲਗਾਤਾਰ। ਜੋ ਸਾਨੂੰ ਹਦਾਇਤਾਂ ਸੀਗੀਆਂ ਡਿਪਾਰਟਮੈਂਟ ਵੱਲੋਂ ਕਿ ਇਹਨਾਂ ਬੱਚਿਆਂ ਨੂੰ ਜਿਹੜਾ ਖਾਣਾ ਉਹ ਖਵਾਉਣਾ ਹੈ, ਉਸ ਤੋਂ ਬਾਅਦ ਇੰਜੈਕਸ਼ਨ ਲਵਾਉਣਾ, ਉਹ ਅਸੀਂ ਆਪਣਾ ਖਾਣਾ ਜਿਹੜਾ ਸਾਰੇ ਬੱਚਿਆਂ ਨੂੰ ਖਵਾਇਆ। ਹਰ ਇੱਕ ਸੈਂਟਰ ਦੇ ਉੱਤੇ ਜਿੱਥੇ ਇੰਜੈਕਸ਼ਨ ਲੱਗ ਰਹੇ ਸੀ ਉੱਥੇ ਇੱਕ ਐਂਬੂਲੈਂਸ ਅਵੇਲੇਬਲ ਚਾਹੀਦੀ ਸੀ, ਸਾਨੂੰ ਐਂਬੂਲੈਂਸ ਜਿਹੜੀ ਉਹ ਲੇਟ ਪਹੁੰਚੀ ਹੈ, ਕਾਫੀ ਅੱਧਾ ਘੰਟਾ ਪੌਣਾ ਘੰਟਾ ਵੇਟ ਕਰਨਾ ਪਿਆ। ਉੱਧਰ ਜਦੋਂ ਇਸ ਬਾਰੇ ਮਾਨਸਾ ਦੇ ਐਡੀਸ਼ਨਲ ਸਿਵਲ ਸਰਜਨ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇਹਨਾਂ ਟੀਕਿਆਂ ਨਾਲ ਕਿਸੇ ਬੱਚੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ। ਉਹਨਾਂ ਦਾ ਮੰਨਣਾ ਹੈ ਕਿ ਖਾਲੀ ਢਿੱਡ ਹੋਣ ਕਰਕੇ ਜਾਂ ਟੀਕੇ ਦੇ ਡਰ ਤੋਂ ਬੱਚੇ ਬੇਹੋਸ਼ ਹੋਏ ਨੇ। ਇਹਦਾ ਹੁੰਦਾ ਹੈ ਕਿ ਇੰਜੈਕਸ਼ਨ ਲਾਇਆ ਗਿਆ, ਸਮ ਟਾਈਮ ਤਾਂ ਥੋੜ੍ਹਾ ਜਿਹਾ ਫੀਅਰ ਵੀ ਹੁੰਦਾ ਬੱਚਿਆਂ 'ਚ, ਸਮ ਟਾਈਮ ਕੋਈ ਇੰਜੈਕਸ਼ਨ ਦੀ ਪੇਨ ਦੇ ਨਾਲ ਵੀ ਕੋਈ ਬੱਚਾ ਕਈ ਵਾਰੀ ਘਰੋਂ ਕੁਛ ਖਾ ਕੇ ਨਹੀਂ ਆਉਂਦਾ, ਕੁਛ ਨਹੀਂ ਹੁੰਦਾ ਤਾਂ ਸਡਨਲੀ ਉਹਨਾਂ ਦਾ BP ਫਾਲ ਹੋ ਕੇ ਕਈ ਵਾਰੀ ਇੱਦਾਂ ਦੀ ਘਬਰਾਹਟ ਦੇ ਨਾਲ ਹੋ ਜਾਂਦਾ। ਜਿਸ ਤਰ੍ਹਾਂ ਇੱਥੇ ਹੋਇਆ ਇੱਕ ਬੱਚੇ ਨੂੰ ਹੋਇਆ, ਉਹਨੂੰ ਆਪਾਂ ਫਸਟ ਏਡ ਦੇ ਕੇ ਡਾਕਟਰ ਦੇ ਦੁਆਰਾ ਇੰਜੈਕਸ਼ਨ ਮੈਂ ਇਨਕੁਆਇਰੀ ਕਰਕੇ ਦੇਖੀ ਆ, ਉਹਨਾਂ ਨੇ ਇੰਜੈਕਸ਼ਨ ਦਿੱਤਾ, ਫਸਟ ਏਡ ਦਿੱਤੀ ਆ, ਉਹ ਤੋਂ ਬਾਅਦ ਉਹਨੂੰ ਐਂਬੂਲੈਂਸ ਦੇ ਵਿੱਚ ਸ਼ਿਫਟ ਕਰਕੇ ਇਸ ਵੇਲੇ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਸਪੈਸ਼ਲਿਸਟ, ਬੱਚਿਆਂ ਦਾ ਸਪੈਸ਼ਲਿਸਟ, ਸਾਡੀ ਟੀਮ ਬਕਾਇਦਾ ਉਸ ਬੱਚੇ ਦੀ ਦੇਖਭਾਲ ਕਰ ਰਹੀ ਹੈ, ਔਰ ਜੋ ਮੈਨੂੰ ਟੈਲੀਫੋਨਿਕਲੀ ਪਤਾ ਲੱਗਿਆ SMO ਸਾਹਿਬਾਨ ਤੋਂ, ਅਤੇ ਬੱਚਾ ਠੀਕ ਹੈ। ਸੋ ਦੂਜੇ ਜਿਹੜੇ ਬੱਚੇ ਆ ਨਾਲ, ਦੋ ਜਾਂ ਤਿੰਨ ਦਿਨ ਬੱਚੇ ਜਿਹੜੇ ਸੀ ਉਹ ਵੀ ਬਿਲਕੁਲ ਠੀਕ ਠਾਕ। ਭਾਵੇਂ ਕਿ ਡਾਕਟਰ ਬੱਚਿਆਂ ਦੇ ਬੇਹੋਸ਼ ਹੋਣ ਦਾ ਕਾਰਨ ਖਾਲੀ ਢਿੱਡ ਅਤੇ ਟੀਕੇ ਦਾ ਡਰ ਦੱਸ ਰਹੇ ਹਨ, ਪਰ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਅਫਵਾਹਾਂ ਨੇ ਲੋਕਾਂ ਦੇ ਮਨਾਂ 'ਚ ਡਰ ਦਾ ਮਾਹੌਲ ਬਣਾ ਦਿੱਤਾ ਹੈ। ਸੋ ਲੋੜ ਹੈ ਸਰਕਾਰ ਨੂੰ ਇਸ ਬਾਰੇ ਜਲਦ ਕੋਈ ਫੈਸਲਾ ਲੈਣ ਦੀ, ਤਾਂ ਜੋ ਲੋਕਾਂ ਨੂੰ ਇਹਨਾਂ ਟੀਕਿਆਂ ਦੇ ਸਹੀ ਜਾਂ ਗਲਤ ਹੋਣ ਦਾ ਪਤਾ ਜਲਦ ਲੱਗ ਸਕੇ। ਮਾਨਸਾ ਤੋਂ ਜੀਵਨ ਕਾਂਤੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।